65 साल हो गए सन में ध्यान में जब मैं 4 साल का डिफरेंस आई थी सिखों ने बड़े चार दिन में चीखा मार दी कि देखो जी हम धर्म प्रचार की लोड़ नहीं और सिनेमे के लिए धर्म प्रचार होगा होया कि जिस अकाल पुरख के पुत्रों ने उन्होंने तस्वीर बनाने की तो तू गिरत नहीं कर सकता क्योंकि चेहरे के तेज प्रकाश होने जरा चित्रकार है ਉਹਦੀ ਕਲਮ ਕਮ ਜਾਂਦੀ ਹੈ ਸਾਹਿਬਜ਼ਾਦਿਆਂ ਦੀਆਂ ਕਾਰਟੂਨ ਤਸਵੀਰਾਂ ਅਸੀਂ ਘਰਾਂ ਚ ਵਾੜੀਆਂ ਟੀਵੀਆਂ ਤੇ ਦੇਖੀਆਂ ਸਿੰਘਾਂ ਦੀ ਰਾਜਾ ਦੇ ਪ੍ਰਿੰਟ ਕੀਤਾ ਚੱਲ 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 ਕਹਿੰਦੇ ਨੇ ਗੱਲ ਸਾਹਿਬ ਜੀ ਨੂੰ ਗੱਲ ਕਹਿ ਇੱਕ ਫਿਲਮ ਨੂੰ ਸਿੱਖਾਂ ਨੇ ਸਿਰ ਤੇ ਬਿਠਾਇਆ ਤੇ ਕਾਰੋਬਾਰੀ ਨੂੰ ਇਸ ਗੱਲ ਦਾ ਪਤਾ ਸੀ ਕਿ ਭਾਈ ਹੁਣ ਇਹਨਾਂ ਨੇ ਮੁਕਣਾ ਕਿਵੇਂ ਹੈ ਤੇ ਇਹਨਾਂ ਨੇ ਧਰਮ ਦਾ ਨਾਸ ਕਿਵੇਂ ਕਰਨਾ ਹੈ ਸ਼੍ਰੋਮਣੀ ਕਮੇਟੀ ਦਾ ਮਤਾ ਸਿੱਖਾਂ ਤੇ ਸਿੱਖ ਗੁਰੂ ਸਾਹਿਬਾਨਾਂ ਤੇ ਗੁਰੂ ਸਾਹਿਬ ਦੇ ਪਰਿਵਾਰ ਤੇ ਸਿੱਖ ਸ਼ਹੀਦਾਂ ਦੇ ਉੱਤੇ ਕੋਈ ਵੀ ਫਿਲਮ ਨਹੀਂ ਬਣ ਸਕਦੀ ਨਾ ਕਾਰਟੂਨ ਉਹਨਾਂ ਨੇ ਦੂਜੀ ਕੋਈ ਵੀ ਉਹਨਾਂ ਦੀ ਆਵਾਜ਼ ਨਹੀਂ ਦੇ ਸਕਦਾ ਜਗਦੀ ਹੈ ਡਰ ਇੱਥੇ ਹੋ ਕੀ ਰਿਹਾ ਕਮੇਟੀ ਸੁੱਤੀ ਹੈ ਇਹ ਲੋਕ ਫਿਲਮ ਬਣਾਉਂਦੇ ਨੇ ਤੇ ਬਾਅਦ ਜਾ ਕੇ ਪ੍ਰੋਬਲਮ ਲੈਂਦੇ ਫਿਰ ਉਹ ਗੁਲਾਮੀ ਦੀ ਨਿਸ਼ਾਨੀ ਜੇ ਸਾਡਾ ਰਾਜ ਹੋਵੇ ਤੇ ਕਿਸੇ ਦੀ ਵਿਰਤ ਨਾ ਹੋਵੇ ਇਸ ਪਾਸੇ ਮੂੰਹ ਕਰਨ ਦੇ ਹੁਣ ਸਾਡੀ ਸਾਰੀ ਕੌਮ ਦੀ ਜਗ੍ਹਾ ਦੇ ਪਾਸੇ ਲੱਗਦੀ ਹੈ ਇਹ ਫਿਲਮ ਬਣਾਉਂਦੇ ਨੇ ਅਸੀਂ ਲੋਕਾਂ ਤੋਂ ਪੁੱਛਦੇ ਹਾਂ ਇਹ ਫਿਲਮ ਬਣਾਉਂਦੇ ਨੇ ਅਸੀਂ ਲੋਕਾਂ ਤੋਂ ਪੁੱਛਦੇ ਹਾਂ ਪਰ ਲੋਕਾਂ ਦਾ ਤਰੀਕਾ ਕੀ ਹੈ ਇਹ ਭਿਖਾਰੀਆਂ ਨੂੰ ਫੜ ਕੇ ਬਹਿ ਜਾਣਾ ਡੇਢ ਦੇ ਉੱਥੇ ਕਿ ਸਾਡੀ ਫਿਲਮ ਨਾ ਚਲਾਈ ਇਹ ਤਰੀਕਾ ਖਾਲਸੇ ਦਾ ਤਰੀਕਾ ਨਹੀਂ ਇਹਨਾਂ ਨੂੰ ਮੈਂ ਅੱਜ ਗਾਰਡਨ ਦੇ ਅਗਲੇ ਜਿਹੜੇ ਫਿਲਮ ਬਣਾਉਣ ਵਾਲੇ ਜਿਹੜੇ ਪੈਸਾ ਲਾਉਣ ਵਾਲੇ ਤੁਸੀਂ ਆਪਣਾ ਪੜਿਆ ਵਿਚਾਰ ਲਓ ਜਿੱਦਣ ਸਾਨੂੰ ਹੱਥ ਸਿੱਧੇ ਕਰਨੇ ਪੈ ਗਏ ਤੁਸੀਂ ਇਹ ਸਾਡਾ ਜ਼ਿੰਦਗੀ ਭਰ ਕੈਮਰਾ ਚ ਤੁਹਾਨੂੰ ਯੋਜਨਾ ਦੇਵੋਗੇ ਤੇ ਨੌਜਵਾਨ ਜਕਾਰਾ ਕਹਿੰਦਾ ਛੱਡਣੇ ਨਹੀਂ ਗਿਆ ਇੱਥੇ ਜਿੱਥੇ ਜਿੱਥੇ ਇਹ ਫਿਲਮ ਲੱਗਦੀ ਆ ਉੱਥੇ ਉੱਥੇ ਜਾ ਕੇ ਫਿਲਮ ਬੰਦ ਕਰਾਉਣੀ ਕਿਉਂਕਿ ਜੇ ਗੁਰੂ ਦੀ ਜਗਦੀ ਸਾਰੇ ਪ੍ਰਕਾਰਾਂ ਦੀ ਚੱਲੀ ਜਾਣੀ ਅਸੀਂ ਤੇ ਫਿਰ ਸਾਰੇ ਜੀਵ ਦਾ ਫਾਇਦਾ ਕੀ ਆ ਇਹੋ ਡਰ ਲੱਗਦਾ ਨਾ ਕੋਈ ਨਹੀਂ ਮਾਰਦੀ ਤੇ ਮਾਰ ਦੇ ਫਿਰ ਕਿਹੜਾ ਮਸਾ ਲੱਗੀ ਹੋਰ ਚਲੀ ਨਾ ਮੇਰੇ ਵੀ ਹੋੜਦੀ ਨਾ ਤੁਹਾਡੇ ਵੀ ਹੋੜਨੀ ਕਿਸੇ ਇਹ ਜਿਹੜਾ ਆਪਣੇ ਭੈਣ ਆ ਗਏ ਨਾ ਅੰਦਰ ਵਿਰੋਧ ਕਰਨ ਦੇ ਤਰੀਕੇ ਵੀ ਬਦਲ ਗਏ ਉਹਨਾਂ ਨੂੰ ਪਤਾ ਹੋਵੇ ਕਿ ਭਾਈ ਇਹ ਸਾਡਾ ਗਾਟਾ ਲੈ ਜਾਣਾ ਜੇ ਅਸੀਂ ਅਸੀਂ ਗਵਾਹੀ ਕੀਤੀ ਤੇ ਫਿਰ ਵੇਖੋ ਕਿ ਫਿਲਮ ਬਣਾ ਕੇ ਦੱਸੋ ਪੈਗੰਬਰ ਦੇ ਇਸਲਾਮ ਦੇ ਪੈਗੰਬਰ ਦੀ ਨਦੀ ਦੀ ਇੱਕ ਤਸਵੀਰ ਬਣਾਈ ਸੀ ਘਾਟ ਨੂੰ ਅਗਲਿਆਂ ਨੇ 12 ਬੰਦੇ ਪੈਰਸ ਦੇ ਵਿੱਚ ਜਾ ਕੇ ਫੇਂਕ ਦਿੱਤੇ ਫਰਾਂਸ ਹੁਣ ਤੋਂ ਬਣਾਉਣਾ ਨਹੀਂ ਤਸਵੀਰ ਹੁਣ 100 ਸਾਲ ਨਹੀਂ ਵੀ ਸੋਚਾ ਇਸ ਕਰਕੇ ਜੇ ਪੈਗੰਬਰ ਦੀ ਤਸਵੀਰ ਨਹੀਂ ਬਣ ਸਕਦੀ ਮੈਂ ਫਰਕ ਦੱਸ ਦਿੰਦਾ ਪੈਗੰਬਰ ਦਾ ਅਰਥ ਹੈ ਪੈਗਾਮ ਲੈ ਕੇ ਜਾਣ ਵਾਲਾ ਮਸੰਜਰ ਪਰਮਾਤਮਾ ਦਾ ਮਸੰਜਰ ਪੈਗੰਬਰ ਉਹਦੀ ਤਸਵੀਰ ਨਹੀਂ ਬਣ ਸਕਦੀ ਕਿਉਂਕਿ ਉਹ ਕਹਿੰਦੇ ਏਡੀ ਮਹਾਨ ਸ਼ਖਸੀਅਤ ਹੈ ਕਿ ਤਸਵੀਰ ਨਹੀਂ ਬਣਾਈ ਜਾ ਸਕਦੀ ਤੇ ਜਿਹੜਾ ਹੈ ਹੀ ਅਕਾਲ ਪੁਰਖ ਪੈਗੰਬਰ ਜੰਮਦਾ ਪੈਗੰਬਰ ਮਰਦਾ ਗੁਰੂ ਨਾ ਜੰਮਦਾ ਨਾ ਮਰਦਾ ਗੁਰੂ ਪ੍ਰਗਟ ਹੁੰਦਾ ਸਤਿਗੁਰੂ ਨੂੰ ਮੰਗ ਪ੍ਰਗਟਿਆ ਮੇਰੀ ਧੁੰਦ ਜਗ ਜਾਣੀ ਹੈ ਤੇ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਪ੍ਰਗਟਿਆ ਅਕਾਲ ਦਾ ਰੂਪ ਹੈ ਇਹਦੀਆਂ ਤਸਵੀਰਾਂ ਤੇ ਇਹਦੇ ਕਾਟੂਨ ਬਣ ਕੇ ਅਸੀਂ ਬਰਦਾਸ਼ਤ ਕਰੀ ਦੇਣ ਇਹ ਪ੍ਰੇਮ ਹੁੰਦਾ ਹੈ ਕੌਮਾਂ ਦਾ ਜਿਹੜੀ ਕੌਮ ਦਾ ਆਪਣੇ ਗੁਰੂ ਨਾਲ ਪ੍ਰੇਮ ਨਹੀਂ